ਸ਼ਹਿਰ ਸੰਗਰੂਰ ਕਦੇ ਬਾਗਾਂ ਦਾ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ ਪਰ ਜੇਕਰ ਅੱਜਕੱਲ੍ਹ ਗੱਲ ਕਰੀਏ ਤਾਂ ਸ਼ਹਿਰ ਸੰਗਰੂਰ ਦੇ ਵਿੱਚ ਜਿੱਥੇ ਅਵਾਰਾ ਡੰਗਰਾਂ ਦਾ ਖੌਫਾ ਅਤੇ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਪਰ ਜੇਕਰ ਉਸ ਦੇ ਨਾਲ ਨਵੇਂ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਸੰਗਰੂਰ ਦੇ ਵਿੱਚ ਜਿੱਥੇ ਅਵਾਰਾ ਡੰਗਰਾਂ ਤੋਂ ਲੋਕ ਪਰੇਸ਼ਾਨ ਨੇ ਉੱਥੇ ਹੀ ਹੁਣ ਅਵਾਰਾ ਕੁੱਤਿਆਂ ਤੋਂ ਵੀ ਲੋਕ ਪਰੇਸ਼ਾਨ ਨਜ਼ਰ ਆਉਂਦੇ ਨੇ ਤਾਜਾ ਮਾਮਲਾ ਅਫਸਰ ਕਲੋਨੀ ਸੰਗਰੂਰ ਦਾ ਸਾਹਮਣੇ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਜੋ ਅਫਸਰ ਕਲੋਨੀ ਦੇ ਨਿਵਾਸੀ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਇਹਨਾਂ ਦਾ ਕਹਿਣਾ ਕੀ ਜਿੱਥੇ ਪਹਿਲਾਂ ਡੰਗਰਾਂ ਦਾ ਅਤੰਕ ਸੀ ਘਰੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਸੀ ਇਹ ਨਹੀਂ ਪਤਾ ਹੁੰਦਾ ਸੀ ਕਦੋਂ ਕੋਈ ਡੰਗਰ ਕਿਸ ਨੂੰ ਟੱਕਰ ਮਾਰ ਦੇਵੇ ਜਿਸ ਦੇ ਕਾਰਨ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ ਪਰ ਤਾਜ਼ਾ ਮਾਮਲਾ ਛੋਟੀ ਬੱਚੀ ਖੜੀ ਆ ਜੋ ਘਰੋਂ ਬਾਹਰ ਨਿਕਲਦੀ ਐ ਤੇ ਕੁੱਤੇ ਇਸ ਬੱਚੀ ਨੂੰ ਨੋਚਣ ਦੀ ਕੋਸ਼ਿਸ਼ ਕਰਦੇ ਨੇ ਤੇ ਲੱਤ ਫੜ ਲੈਂਦੇ ਨੇ ਦੰਦ ਮਾਰਦੇ ਨੇ ਪਰ ਹੁਣ ਬੱਚੀ ਸੈਮੀ ਵੀ ਹੋਈ ਆ ਕਹਿੰਦੀ ਐ ਘਰੋਂ ਜਦੋਂ ਨਿਕਲਣਾ ਤਾਂ ਸੋ ਸਮਝ ਕੇ ਕਿ ਜੋ ਪਰਿਵਾਰ ਦੇ ਮੈਂਬਰ ਨੇ ਉਹ ਵੀ ਕਿਤੇ ਨਾ ਕਿਤੇ ਜੋ ਛੋਟੇ ਬੱਚੇ ਨੇ ਉਹਨਾਂ ਨੂੰ ਘਰੋਂ ਬਾਹਰ ਕੱਢਣ ਦੀ ਗੁਰਹੇਜ ਕਰ ਰਹੇ ਨੇ ਸਭ ਤੋਂ ਪਹਿਲਾਂ ਗੱਲ ਜੋ ਇੱਥੋਂ ਦੇ ਨੁਮਾਇੰਦੇ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਪਿੰਡ ਸਾਹਿਬ ਕਿਸ ਤਰ੍ਹਾਂ ਵੇਖਦੇ ਹਾਂ ਪਹਿਲਾਂ ਤਾਂ ਡੰਗਰਾਂ ਤੋਂ ਪਰੇਸ਼ਾਨ ਨਜ਼ਰ ਆਉਂਦੇ ਸੀ ਹੁਣ ਕੁੱਤਿਆਂ ਤੋਂ ਵੀ ਸਭ ਤੋਂ ਪਹਿਲਾਂ ਤਾਂ ਸਿੱਧੂ ਸਾਹਿਬ ਦਾ ਧੰਨਵਾਦ ਤੁਸੀਂ ਸਾਡੇ ਇਸ ਜਿਹੜਾ ਮਸਲਾ ਹੈ ਇਹਨੂੰ ਉਠਾਉਣ ਲਈ ਆਏ ਹੋ ਇੱਥੇ ਉਹ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਪਹਿਲਾਂ ਆਵਾਰਾ ਜਿਹੜੇ ਪਸ਼ੂ ਐ ਉਹਨਾਂ ਤੋਂ ਲੋਕਾਂ ਨੂੰ ਬੜੀ ਇੱਕ ਸਮੱਸਿਆ ਸੀ ਕਿਉਂਕਿ ਆਵਾਰਾ ਪਸ਼ੂ ਇੱਥੇ ਘੁੰਮਦੇ ਆ ਲੋਕਾਂ ਦੀ ਜਾਨ ਵਾਸਤੇ ਖੌ ਬਣੇ ਹੋਏ ਸੀ ਪਰ ਹੁਣ ਦਿਨੋਂ ਦਿਨ ਜਿਹੜੇ ਕੁੱਤੇ ਵੱਧ ਰਹੇ ਨੇ ਉਹ ਕੁੱਤਿਆਂ ਦਾ ਜਿਵੇਂ ਕਿ ਤੁਸੀਂ ਦੱਸਿਆ ਤਾਜ਼ਾ ਜੋ ਮਿਸਾਲ ਆ ਸਾਡੇ ਇੱਕ ਬੱਚੀ ਹੈ ਜੋ ਕਿ ਪਾਰਕ ਵਿੱਚ ਆ ਰਹੀ ਸੀ ਸ਼ਾਮ ਨੂੰ ਤੇ ਆਉਂਦੇ ਨੇ ਉਹਨੇ ਕੁੱਤਿਆਂ ਨੇ ਮਲਕੇ ਘੇਰ ਲਿਆ ਤੇ ਉਹ ਚੰਗੀ ਉਹਦੀ ਕਿਸਮਤ ਕਿ ਉਹ ਦਲੇਰ ਸੀ ਬਚ ਗਈ ਪਰ ਇਹ ਬੜੇ ਗੰਭੀਰ ਸਮੱਸਿਆ ਜੋ ਕੋ ਦਿਨੋਂ ਦਿਨ ਵੱਧ ਰਹੀ ਹੈ ਇਹਦੇ ਮਸਲੇ 'ਚ ਅਸੀਂ ਕੱਲ ਹੀ ਇਸ ਮਸਲੇ ਨੂੰ ਲੈ ਕੇ ਮਾਨਯੋਗ ਸਾਡੇ ਨਮਾਇੰਦਗੀ ਕਰ ਰਹੇ ਹਲਕਾ ਐਮਐਲਏ ਨਰਿੰਦਰਪੁਰਪਰਾਜ ਜੀ ਨੂੰ ਮਿਲੇ ਹਨ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਇਹ ਮੁੱਦੇ ਨੂੰ ਤੁਸੀਂ ਵਿਧਾਨ ਸਭਾ ਵਿੱਚ ਉਠਾਓ ਕਿਉਂਕਿ ਕੱਲਾ ਸੰਗਰੂਰ ਸ਼ਹਿਰ ਜਾਂ ਅਫਸਰ ਕਲੋਨੀ ਦਾ ਮੁੱਦਾ ਨਹੀਂ ਇਹ ਸਾਰੇ ਪੰਜਾਬ ਦਾ ਉਸ ਤੋਂ ਉੱਪਰ ਇੰਡੀਆ ਦਾ ਇਹ ਮੁੱਦਾ ਹੈ ਸੋ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਡੀਸੀ ਸਾਹਿਬ ਕੋਲੇ ਸਾਨੂੰ ਭੇਜਤਾ ਡੀਸੀ ਸਾਹਿਬ ਕੋਲੇ ਸੀ ਜਦੋਂ ਗਏ ਉਹ ਕਹਿੰਦੇ ਦੇਖੋ ਇਹ ਪੋਸੀਬਲ ਨਹੀਂ ਕੁਝ ਐਨਜੀਓਜ਼ ਇਹਦੇ ਮਗਰ ਕੰਮ ਕਰ ਰਹੀਆਂ ਹਨ ਤੇ ਇਹ ਇਹਨਾਂ ਨੂੰ ਆਪਾਂ ਕੁੱਤਿਆਂ ਨੂੰ ਮਾਰ ਵੀ ਨਹੀਂ ਸਕਦੇ ਤੇ ਇਹਨਾਂ ਨੂੰ ਸ਼ਿਫਟ ਵੀ ਨਹੀਂ ਕਰ ਸਕਦੇ ਇਹ ਕੋਈ ਬਾਈ ਲਾ ਉਹ ਉਹਨਾਂ ਨੇ ਸਾਨੂੰ ਦੱਸਿਆ ਸਿਰਫ ਇਹਨਾਂ ਦੀ ਕਾਸਟੇਸ਼ਨ ਕਰ ਸਕਦੇ ਆ ਜਿਵੇਂ ਨਸਬੰਦੀ ਕਹਿੰਦੇ ਨੇ ਆਪਾਂ ਪਰ ਉਹਦੇ ਬਾਰੇ ਵੀ ਇਸ ਤੋਂ ਪਹਿਲਾਂ ਸਾਡੇ ਕੋਲੋਨੀ ਵਿੱਚ ਵੀ ਕੈਂਪ ਲੱਗਿਆ ਸੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਡੀਆਂ ਸਮੱਸਿਆਵਾਂ ਸੁਣਨ ਵਾਸਤੇ ਸੀ ਮਾਜੋਗ ਐਮ ਐਲ ਏ ਸਹਿਵਾ ਤੇ ਯੋ ਸਾਹਿਬ ਵੀ ਉੱਥੇ ਹਾਜ਼ਰ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਉਸ ਤੋਂ ਪਹਿਲਾਂ ਵੀ ਮਿਲਦੇ ਰਹੇ ਹਾਂ ਉਹਨਾਂ ਨੇ ਉਦੋਂ ਵੀ ਕਿਹਾ ਕਿ ਅਸੀਂ ਟੈਂਡਰ ਲਾ ਰਹੇ ਹਾਂ ਪਰ ਉਹ ਟੈਂਡਰ ਜੋ ਹਜੇ ਤੱਕ ਨਹੀਂ ਲੱਗਿਆ ਤੇ ਕੱਲ ਫੇਰ ਅਸੀਂ ਉਹੀ ਕਿਹਾ ਵੀ ਟੈਂਡਰ ਕਿਉਂ ਨਹੀਂ ਲੱਗਿਆ ਉਹ ਕਹਿੰਦੇ ਕੋਈ ਟੈਂਡਰ ਲੈ ਨਹੀਂ ਰਿਹਾ ਹੈ ਸੋ ਸਰਕਾਰ ਨੂੰ ਮੈਂ ਇਹੀ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਕੋਈ ਵੀ ਸਰਕਾਰਾਂ ਆਉਂਦੀਆਂ ਲੀਡਰ ਨੇ ਜਦੋਂ ਵੋਟਾਂ ਵੇਲੇ ਉਹ ਲੋਕਾਂ ਕੋਲੇ ਜਾ ਕੇ ਸਾਰੀਆਂ ਸਮੱਸਿਆਵਾਂ ਦੂਰ ਕਰਨ ਦੀ ਉਹ ਕਹਿੰਦੇ ਨੇ ਵੀ ਅਸੀਂ ਤੁਹਾਡਾ ਹਰ ਦੁੱਖ ਦੂਰ ਕਰਾਂਗੇ ਪਰ ਜਦੋਂ ਉਹ ਸਰਕਾਰਾਂ ਵਿੱਚ ਚਲੇ ਜਾਂਦੇ ਨੇ ਉਦੋਂ ਉਹਨਾਂ ਦਾ ਵਤੀਰਾ ਕੁਝ ਬਦਲ ਜਾਂਦਾ ਜਦੋਂ ਵਿਰੋਧੀ ਧਿਰ ਚ ਹੁੰਦੇ ਆ ਉਦੋਂ ਵਤੀਰਾ ਕੁਝ ਹੋਰ ਹੁੰਦਾ ਸੋ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਲਗਾਤਾਰ ਯੂਝ ਰਹੇ ਨੇ ਇਹਨਾਂ ਸਮੱਸਿਆਵਾਂ ਵਿੱਚ ਸੰਬੰਧੀ ਗੰਭੀਰਤਾ ਨਾਲ ਸੋਚਣਾ ਜਿਵੇਂ ਅਸੀਂ ਐਮਐਲਏ ਸਾਹਿਬ ਨੂੰ ਕਿਹਾ ਅਸੀਂ ਮਾਨਯੋਗ ਸਾਡੇ ਨਵੇਂ ਇਥੋਂ ਦੇ ਐਮਪੀ ਹੋਏ ਨੇ ਚੁਣੇ ਗਏ ਨੇ ਮੀਤਿਆਰ ਜੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਅਸੀਂ ਪਰਸਨਲੀ ਮਿਲ ਕੇ ਲਿਖ ਕੇ ਵੀ ਦੇਵਾਂਗੇ ਕਿ ਇਹ ਇੰਡੀਆ ਥਰੂਆਊਟ ਇੰਡੀਆ ਇਹ ਮੁੱਦਾ ਹੈ ਤੇ ਉਹ ਲੋਕ ਸਭਾ ਜੀ ਪਾਰਲੀਮੈਂਟ ਵੀ ਇਹ ਮੁੱਦੇ ਨੂੰ ਉਠਾਉਣ ਕਿ ਇਹ ਮੁੱਦੇ ਦਾ ਕੋਈ ਸਾਰਥਿਕ ਹੱਲ ਨਿਕਲ ਸਕੇ ਸੋ ਮੈਂ ਇਹੀ ਕਹਿਣਾ ਕਿ ਸਾਡੇ ਇੱਥੇ ਕਲੋਨੀ ਵਾਸੀ ਕਾਫੀ ਡਰੇ ਹੋਏ ਨੇ ਜਿਵੇਂ ਪਸ਼ੂਆਂ ਦਾ ਤੰਕ ਸੀ ਤੇ ਹੁਣ ਬਾਕੀ ਮੈਂ ਕਲੋਨੀ ਵਾਸੀਆਂ ਨੂੰ ਸਾਡੇ ਲੋਕਾਂ ਨੂੰ ਵੀ ਥੋੜਾ ਕਹਿਣਾ ਚਾਹੁੰਦਾ ਕਿ ਠੀਕ ਹੈ ਹਰ ਇੱਕ ਦੀ ਕੋਈ ਧਾਰਮਿਕ ਆਸਥਾ ਹੈ ਹਰ ਇੱਕ ਦੀ ਪਰ ਜਿਵੇਂ ਕਿ ਪਰ ਮਨੁੱਖ ਸਭ ਤੋਂ ਉੱਤਮ ਪ੍ਰਾਣੀ ਹੈ ਜੇ ਆਪਣਾ ਬੱਚਿਆਂ ਨੂੰ ਆਪਣੇ ਵਾਸਤੇ ਹੀ ਇੱਕ ਇਹ ਖਤਰਾ ਬਣ ਲੱਗੇ ਫਿਰ ਸਾਡੀ ਇਹ ਜੋ ਆਸਥਾ ਹੈ ਇਹ ਵੀ ਮੇਰੇ ਖਿਆਲ ਕਿਤੇ ਨਾ ਕਿਤੇ ਗਲਤ ਸਾਬਤ ਹੁੰਦੀ ਹੈ ਜਿਵੇਂ ਕਿ ਸਾਡੇ ਕਲੋਨੀ ਵਾਸੀਆਂ ਕੁਝ ਲੋਕ ਨੇ ਜੋ ਕਿ ਆਪਣੇ ਘਰਾਂ ਵਿੱਚ ਆਵਾਰਾ ਕੁੱਤਿਆਂ ਨੂੰ ਪਾਲਦੇ ਨੇ ਆਪਣੇ ਅੰਦਰ ਰੱਖਦੇ ਨੇ ਉੱਥੇ ਉਹ ਕੁੱਤੇ ਹੋਰ ਵੀ ਭਿਆਨਕ ਰੂਪ ਧਾਰਕ ਕਰ ਲੈਂਦੇ ਨੇ ਕਿਉਂਕਿ ਉਹ ਉਹਨਾਂ ਨਾਲ ਤਾਂ ਫੈਮਿਲੀਅਰ ਹੋ ਜਾਂਦੇ ਨੇ ਪਰਿਵਾਰ ਵਾਲਿਆਂ ਨਾਲ ਪਰ ਜਦੋਂ ਕੋਈ ਹੋਰ ਕੋਈ ਲੰਘਦਾ ਹੈ ਉਹਦੇ ਮਗਰ ਉਹਨੂੰ ਪੈਂਦੇ ਨੇ ਘੇਰਦੇ ਨੇ ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਡਾ ਆਪਾਂ ਸਾਰੇ ਸਾਂਝੇ ਇੱਥੇ ਪਰਿਵਾਰ ਵਾਂਗ ਰਹ ਰਹੇ ਹਾਂ ਸਾਰਿਆਂ ਦਾ ਬਾਰੇ ਸੋਚ ਕੇ ਥੋੜਾ ਉਹਨਾਂ ਨੂੰ ਕੰਟਰੋਲ ਵਿੱਚ ਰੱਖਣਾ ਯਾ ਉਹਨਾਂ ਦਾ ਕੋਈ ਹੱਲ ਕਰਨ ਸੋ ਇਹਨਾਂ ਕਹਿੰਦਾ ਹਾਂ ਮੈਂ ਜੀ ਜੀ ਬਿਲਕੁਲ ਤੁਸੀਂ ਭਿੰਦਰ ਸਾਹਿਬ ਨੂੰ ਸੁਣਿਆ ਉਹਨਾਂ ਨੇ ਆਖਿਆ ਕਿ ਜੋ ਕੁੱਤਿਆਂ ਦਾ ਤਾਂਕਾ ਲਗਾਤਾਰ ਵਾਦਾ ਜਾ ਰਿਹਾ ਉੱਤੇ ਹੀ ਵਿਧਾਇਕ ਸੰਗਰੂਰ ਨੂੰ ਵੀ ਮਿਲੇ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵੀ ਗੁਹਾਰ ਲਾਈਆ ਪਰ ਜੋ ਲਾ ਦੇ ਅਕੋਰਡਿੰਗ ਜੋ ਹੋ ਸਕਦਾ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਉਹ ਅਸੀਂ ਜ਼ਰੂਰ ਕਰਾਂਗੇ ਪਰ ਇਹਨਾਂ ਦਾ ਕਹਿਣਾ ਕੀ ਬੱਚੀ ਦਲੇਰ ਸੀ ਕਿਉਂਕਿ ਅਕਸਰ ਆਪਾਂ ਵੇਖਦੇ ਹਾਂ ਕਿ ਛੋਟੇ ਬੱਚੇ ਨੇ ਜੋ ਕੁੱਤੇ ਘੇਰ ਲੈਂਦੇ ਨੇ ਅਤੇ ਉਸ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਵਾਰ ਜੇਹਾ ਹੁੰਦਾ ਕਿ ਜਾਨ ਵੀ ਚਲੀ ਜਾਂਦੀ ਹੈ ਕਿਨਾਂ ਬੇਟੇ ਅਨੰயா ਜੀ ਮੇਰੇ ਕਿਸ ਤਰ੍ਹਾਂ ਵੇਖਦੇ ਹੋ ਕੱਲ ਕਰੋ ਨਿਕਲੇ ਸੀ ਕੁੱਤਿਆਂ ਨੇ ਘੇਰ ਲਿਆ ਇਹ ਤਾਂ ਤੁਸੀਂ ਬਹਾਦਰ ਸੀ ਦਲੇਰ ਸੀ ਜੋ ਨਿਕਲ ਆਏ ਨਹੀਂ ਤਾਂ ਜੇਕਰ ਤੁਹਾਡੀ ਜਗ੍ਹਾ ਕੋਈ ਛੋਟਾ ਬੱਚਾ ਹੁੰਦਾ ਤਾਂ ਅੱਜ ਕੁਝ ਹੋਰ ਹੋਣਾ ਸੀ ਹਾਂ ਜੀ ਹੁਣ ਤਾਂ ਸਕੂਲੋਂ ਜਾਂ ਫਿਰ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਲੱਗਦਾ ਤੇ ਕਈ ਬੱਚਿਆਂ ਦੀ ਜਾਨ ਵੀ ਜਾ ਸਕਦੀ ਸੀ ਜੇ ਮੇਰੇ ਅਲਾਵਾ ਕੋਈ ਹੋਰ ਹੁੰਦਾ ਉਹਦੀ ਬੱਚੇ ਦੀ ਜਾਨ ਵੀ ਜਾ ਸਕਦੀ ਸੀ ਤੇ ਹਾ ਆਵਾਰਾ ਕੁੱਤੇ ਬਹੁਤ ਹੀ ਖੁੰਖਾਰ ਸੀਗੇ ਬੱਚਿਆਂ ਦਾ ਡਰਨਾ ਬਹੁਤ ਹੀ ਸਹਿਜ ਸੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਛੋਟੇ-ਛੋਟੇ ਬੱਚੇ ਆਉਂਦੇ ਨੇ ਪਾਰਕ ਦੇ ਵਿੱਚ ਖੇਡਣ ਦੇ ਲਈ ਆਉਂਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਸੀ ਬੇਟੀ ਨੂੰ ਵੀ ਨਹੀਂ ਪਤਾ ਸੀ ਕਿ ਜੋ ਖੁੰਖਾਰ ਕੁੱਤੇ ਨੇ ਗਲੀਆਂ ਦੇ ਵਿੱਚ ਘੁੰਮ ਰਹੇ ਨੇ ਆਵਾਰਾ ਕੁੱਤੇ ਉਹ ਇਹਨਾਂ ਨੂੰ ਘੇਰ ਲੈਣਗੇ ਅਤੇ ਇਹਨਾਂ ਨੂੰ ਵੱਢ ਲੈਣਗੇ ਮਾਸਟਰ ਜੀ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਮੰਗ ਵੀ ਉੱਠ ਰਹੀ ਹੈ ਸ਼ਹਿਰ ਦੇ ਵਿੱਚ ਏਕਰ ਗੱਲ ਕੀਤੀ ਜਾਵੇ ਵੀ ਆਵਾਰਾ ਡੰਗਰਾਂ ਦਾ ਕੋਈ ਹੱਲ ਕੀਤਾ ਜਾਵੇ ਹੁਣ ਦੂਸਰਾ ਮਸਲਾ ਕੁੱਤਿਆਂ ਦਾ ਸ਼ੁਰੂ ਹੋ ਗਿਆ ਹਜੇ ਤੀ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਲਵਾਦ ਕਰਦਾ ਵੀ ਸੋਡੇ ਚੈਨਲ ਰਾਹੀਂ ਇਹ ਗੱਲ ਪ੍ਰਸ਼ਾਸਨ ਦੇ ਧਿਆਨ ਵਿੱਚ ਜਾਏਗੀ ਵੀ ਅਸੀਂ ਅਫਸਰ ਕੋ ਨਿਵਾਸੀ ਆਵਾਰਾ ਪਸ਼ੂਆਂ ਤੋਂ ਆਵਾਰਾ ਕੁੱਤੇ ਬਹੁਤ ਤੰਗ ਆ। ਆ ਇੱਕ ਤਰੀਕ ਪਰਸੋ ਮਤਲਬ ਇਸ ਕੋਤੀ ਨੇ ਵੱਢ ਲਿਆ। ਤੇ ਇਹ ਸਾਡੇ ਕੋ ਘਰੇ ਆਈ ਦਿਖਾਈ ਵੀ ਅੰਕਲ ਪ੍ਰਬੰਧ ਕਰੋ ਕਿ ਸਾਡੇ ਜਿਹੜੇ ਬੱਚੇ ਹੁੰਨੇ ਆ ਪਾਰਕ ਦੇ ਵਿੱਚ ਖੇਡਣ ਆਉਂਦੇ ਆ ਤੇ ਸਾਡੀ ਲ ਆਉਣਾ ਬੜਾ ਔਖਾ ਹੈ। ਅਸੀਂ ਫਿਰ ਮੀਟਿੰਗ ਕੀਤੀ ਸਰਪੰਚ ਸਾਹਿਬ ਨਾਲ ਮੈਂ ਗੱਲ ਕੀਤੀ ਵੀ ਆਪਾ ਪ੍ਰਸ਼ਾਸਨ ਧਿਆਨ ਵਿੱਚ ਲਿਆਂਦਾ ਜਾਵੇ ਤੇ ਫਿਰ ਸਾਰੇ ਅਸੀਂ ਇਕੱਠੇ ਹੋ ਕੇ ਕੱਲ ਐਮਐਲਏ ਨੂੰ ਮਿਲੇ ਜਿਵੇਂ ਆਪਣੇ ਸੰਦਰਜੀ ਨੇ ਦੱਸਿਆ ਉਸ ਤੋਂ ਬਾਅਦ ਅਸੀਂ ਫਿਰ ਡੀਸੀ ਡੀਸੀ ਕੋਲ ਗਏ ਡੀਸੀ ਤੋਂ ਬਾਤ ਉਹਨਾਂ ਨੇ ਰეკਮੈਂਡ ਕਰਤਾ ਵੀ ਉਹਨੂੰ ਤੇ ਅਸੀਂ ਪਹਿਲਾਂ ਵੀ ਘੜੀ ਘੜੀ ਇਹ ਨਾ ਬਹੁਤ ਵਾਰੀ ਇਹ ਮਤਲਬ ਇਹ ਮੁੱਦਾ ਇਹ ਸਮੱਸਿਆ ਜਿਹੜੇ ਵਾਰਾ ਪਛੋ ਦੇ ਵਾਰਾ ਕੁੱਤਿਆਂ ਦੀ ਬਹੁਤ ਵਾਰੀ ਪ੍ਰੈਸ ਚ ਲਿਆ ਤੋ ਕੀਆ ਤੇ ਈਓ ਨੂੰ ਵੀ ਮਿਲ ਚੁਕਿਆ ਇੱਕ ਵਾਰੀ ਸਾਡੇ ਸੁਰਿੰਦਰ ਭਿੰਡਰ ਜੀ ਐਮ ਐਲ اے ਸੀ ਨਾਲ ਯੂ ਸੀ ਇਹ ਕਾਫੀ ਗੁੱਸੇ ਵੀ ਹੋਈ ਸੀ ਇਹ ਕਲੋਨੀ ਸਾਡੀ ਇਹ ਬੰਦੇ ਦੇ ਨਾ ਹੋ ਕੇ ਕੁੱਤੇ ਨਹੀਂ ਬਣਨੇ ਜਾ ਰਹੀ ਹੈ ਇਸ ਕਰਕੇ ਵੀ ਕੁੱਤਿਆਂ ਦਾ ਜਿਹੜਾ ਕਿਸ ਨੂੰ ਕੋਈ ਹੱਲ ਲੱਭਿਆ ਜਾਵੇ ਉਹ ਕਹਿੰਦੇ ਸੀ ਟੈਂਡਰ ਪਾ ਰਹੇ ਅਸੀਂ ਟੈਂਡਰ ਪਾ ਰਹੇ ਹਾਂ ਅਸੀਂ ਤਾਂ ਕੋਈ ਜਿਹੜੇ ਸਾਡੇ ਸੇ ਫੋਨ ਕਰਦੇ ਯੂ ਸਾਨੂੰ ਸਾਡੇ ਫੋਨ ਨਹੀਂ ਚੱਕਦੇ ਹੈਗੇ ਤੇ ਸਾਨੂੰ ਤਾਂ ਇਸ ਗੱਲ ਦੀ ਪਰੇਸ਼ਾਨੀ ਹੈ ਅਸੀਂ ਸਮੱਸਿਆ ਜੇ ਦੱਸਦੇ ਹਾਂ ਸਾਨੂੰ ਕੋਈ ਮੇਰੇ ਦਫ਼ਤਰ ਜੈਨੇ ਨਹੀਂ ਮਿਲਦੇ ਹੈਗੇ ਸੋ ਅਸੀਂ ਤਾਂ ਜਿਹੜੇ ਅਸੀਂ ਫਿਰ ਕੀਤਾ ਵੀ ਅਸੀਂ ਆਪਾਂ ਆਪਣੇ ਪੱਧਰ ਤੇ ਇਸ ਸਮੱਸਿਆ ਦਾ ਹੱਲ ਕੀ ਕਰ ਸਕਦੇ ਹਾਂ ਸੋ ਅੱਜ ਸਾਰੇ ਕਲੋਨੀ ਵਾਸੀ ਅਸੀਂ ਇਕੱਠੇ ਹੋਏ ਸੀ ਇਸ ਸਮੱਸਿਆ ਦੇ ਹੱਲ ਲਈ ਅਸੀਂ ਕੁਝ ਆਪਣੇ ਪੱਧਰ ਤੇ ਗੱਲਾਂ ਸੋਚੀਆਂ ਨੇ ਇੱਕ ਤਾਂ ਸੋਚਿਆ ਵੀ ਉਹ ਲੋਕ ਜਿਹੜੇ ਇਹਨਾਂ ਜਾਨੀ ਇਮੋਸ਼ਨਲ ਹੋ ਕੇ ਇਹਨਾਂ ਕੁੱਤੇ ਰੋਟੀ ਪਾਣੀ ਪਾਉਂਦੇ ਨੇ ਉਹ ਮਤਲਬ ਰੋਟੀ ਪਾਣੀ ਪਾ ਦਿਆ ਕਰਨ ਪਰ ਇਕੱਠੇ ਨਾ ਕਰਨ ਅੱਡੜ ਪਾ ਦਿਆ ਕਰਨ ਤੇ ਆਪਣੇ ਜਿਹੜੇ ਕੋਈ ਜ਼ਿਆਦਾ ਰੱਖਣਾ ਵੀ ਉਹ ਆਪਣੇ ਅੰਦਰ ਅੰਦਰ ਰੱਖਣ ਆਪਣੇ ਬਾਹਰ ਨਾ ਛੱਡਣ ਤੇ ਤੁਝਾ ਅਸੀਂ ਸਾਰੀ ਇਹ ਕੀਤਾ ਵੀ ਜਿਹੜੇ ਸਾਡੇ ਮਤਲਬ ਜਿਹੜੇ ਕੁਝ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਜਿਹੜੇ ਇਹ ਪਰਿਵਾਰ ਕੁਝ ਜਿਹੜੇ ਕੁੱਤਿਆਂ ਨੂੰ ਪਾਲਦੇ ਨੇ ਕੁੱਤਿਆਂ ਨੂੰ ਪਾਲ ਕੇ ਗਲੀ ਦੇ ਵਿੱਚ ਬਿਠਾ ਦਿੰਦੇ ਨੇ ਅਸੀਂ ਕਹਿੰਦੇ ਜਦ 10-15 ਕੁੱਤੇ ਇਕੱਠੇ ਹੋ ਜਾਂਦੇ ਨੇ ਕੋਈ ਬੱਚਾ ਆ ਜਾਵੇ ਕੋਈ ਵੱਡਾ ਵੀ ਜਾਵੇ ਇੱਥੋਂ ਤੱਕ ਕਿ ਸਾਡੇ ਇਹ ਪਰਸੋ ਤਾਂ ਇਹਨੂੰ ਕੁੱਤੀ ਅਨੰਨੇ ਨੂੰ ਵੱਢਿਆ ਤੇ ਉਸ ਤੋਂ ਪਹਿਲਾਂ ਮਹੀਨਾਕ ਪਹਿਲਾਂ ਅਸੀਂ ਸਤਿੰਦਰ ਗੁਪਤਾ ਸਾਨੂੰ ਵੱਢ ਲਿਆ ਸੀ ਉਹ ਮੇਰੇ ਕੋਲ ਆਇਆ ਕਹਿੰਦਾ ਮੈਂ ਤਾਂ ਐਫ ਆਈ ਆਰ ਦਰਜ ਕਰਾਉਣ ਲੱਗਿਆ ਮੈਂ ਕਿਹਾ ਵਧੀਆ ਗੱਲ ਹੈ ਅਸੀਂ ਤੇਰੀ ਸਪੋਰਟ ਕਰਾਂਗੇ ਤੁਸੀਂ ਜਾਓ ਫਿਰ ਤੁਸੀਂ ਕਲੋਨੀ ਦਾ ਕੰਮ ਹੈ ਉਹ ਪਰਿਵਾਰ ਵਾਲੇ ਕਹੇਗੇ ਵੀ ਠੀਕ ਹੈ ਜੀ ਅੱਗੇ ਤੋਂ ਨਹੀਂ ਹੋਵੇਗਾ ਇਸ ਤਰ੍ਹਾਂ ਨਹੀਂ ਹੋਵੇਗਾ ਪਰੰਤੂ ਫਿਰ ਵੀ ਉਹ ਪਰਿਵਾਰ ਜਿਹੜੇ ਇੱਕ ਵਾਰੀ ਕਹਿ ਦਿੰਦੇ ਨੇ ਉਹ ਪਰੇ ਲੋਕਾਂ ਦੀ ਸਮੱਸਿਆ ਸਮਝਦੇ ਨਹੀਂ ਹੈਗੇ ਵੀ ਉਹ ਜਿਹੜੇ ਸਾਡੇ ਬੱਚੇ ਨੇ ਕੱਲਾ ਤੇ ਕੱਲਾ ਸੀ ਘਰੋਂ ਨਹੀਂ ਭੇਜ ਸਕਦੇ ਜੇ ਭੇਜ ਦਿੰਨੇ ਆਸਾਂ ਨੂੰ ਡਰ ਰਹਿੰਦਾ ਵੀ ਸਾਡਾ ਬੱਚਾ ਸੇਫ ਆ ਜਾਏਗਾ ਜਾਂ ਨਾ ਆ ਜਾਏਗਾ ਵੀ ਕੁੱਤਾ ਨਾਲ ਕੋਈ ਵੱਢ ਲੇ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਸੀ ਆਪ ਆਈਏ ਫਿਰ ਵੀ ਕਈ ਵਾਰੀ ਬੱਚੇ ਆਪ ਹਮਾਰੇ ਆਪਣੇ ਪੱਧਰ ਤੇ ਆ ਜਾਂਦੇ ਨੇ ਕਈ ਵਾਰੀ ਤਾਂ ਪਿੱਛੇ ਸੀ ਮੋੜਨੇ ਪੈਂਦੇ ਨੇ ਜਦ ਅਸੀਂ ਆਪ ਜੈਨੇ ਕੁੱਤੇ ਤਾਂ ਹਟਾਉਣੇ ਮਤਲਬ ਕੁੱਤੇ ਪੈ ਜਾਂਦੇ ਨੇ ਸਾਡੇ ਪਿਛਲੇ ਸਾਲ ਦੀ ਗੱਲ ਗੁਰਮੀਲ ਸਿੰਘ ਜੀ ਨੇ ਮੈਂ 10 ਕੁੱਤੇ ਪੈ ਗਏ ਮਾਸਟਰ ਜੀ ਕੋਈ ਹੱਲ ਲੱਭੋ ਅਸੀਂ ਹੱਲ ਕਿਲੇ ਵੀ ਅਸੀਂ ਪ੍ਰਸ਼ਾਸਨ ਕੋਲ ਜਾਂਦੇ ਆ ਪ੍ਰਸ਼ਾਸਨ ਕੋਲੇ ਤਾਂ ਹੱਲ ਹੈ ਤੇ ਅਸੀਂ ਆਪਣੇ ਪੱਧਰ ਤੇ ਤਾਂ ਕੁਝ ਕਰਾਂਗੇ ਮਤਲਬ ਕੋਈ ਹੱਲ ਤੇ ਪਰੰਤੂ ਅਸੀਂ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਹੈ ਇਹ ਵੀ ਇਹਦਾ ਕੋਈ ਹੱਲ ਪਿਆ ਜਾ ਵੀ ਇਹਨੂੰ ਕਿੱਡਾ ਵਾਧਾ ਰੁਕੇ ਜੀ ਵੀ ਜੇ ਇਹਨਾਂ ਨੂੰ ਜੇ ਕੁਝ ਜਿਵੇਂ ਕੈਟਲ ਕੈਚਰ ਆ ਗਿਆ ਕੈਟਲ ਉਹਦੇ ਰਿਓ ਤੇ ਵਰਤੋਂ ਕੀਤੀ ਜਾਵੇ ਜੇ ਆਪਾਂ ਪਸ਼ੂਨ ਚੱਕ ਸਕਦੇ ਸ਼ਾਇਦ ਹੋ ਸਕਦਾ ਇਹਨਾਂ ਕੁੱਤਿਆਂ ਨੂੰ ਚੱਕ ਸਕਦੇ ਹੋਈਏ ਇਸੇ ਸਾਨੂੰ ਤਾਂ ਅਸੀਂ ਇਹ ਬੇਨਤੀ ਕਰਾਂਗੇ ਤੁਹਾਡੇ ਚੈਨਲ ਰਹੀਂ ਵੀ ਸਾਨੂੰ ਜਿਹੜੇ ਕਲੋਨੀ ਵਾਸੀਆਂ ਨੂੰ ਇਸ ਆਵਾਰਾ ਕੁੱਤਿਆਂ ਦੇ ਆਵਾਰਾ ਪਸ਼ੂਆਂ ਦੀ ਜਿਹੜੀ ਸਮੱਸਿਆ ਤੋਂ ਨਿਜਾਦ ਦਵਾਈ ਜਾਵੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਆਵਾਰਾ ਪਸ਼ੂ ਅਤੇ ਆਵਾਰਾ ਕੁੱਤਿਆਂ ਤੋਂ ਨਿਜਾਦ ਦਵਾਈ ਜਾਵੇ ਤੇ ਬੀਬੀਆਂ ਵੀ ਖੜੀਆਂ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਆ ਕੀਰਾਮਾ ਜੀ ਅਮਰਤਪਾਲ ਕੌਰ ਜੀ ਅਮਰਤਪਾਲ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਪਹਿਲਾਂ ਡੰਗਰਾਂ ਦਾ ਖੌਫ ਸੀ ਵੀ ਡੰਗਰਾਂ ਨਾਲ ਟੱਕਰ ਮਾਰਦੇ ਵੀ ਪਰ ਹੁਣ ਕਹਿੰਦੇ ਨੇ ਕਿ ਕੁੱਤੇ ਵੱਡੇ ਹੋ ਗਏ ਹਾਂਜੀ ਸਾਡੇ ਅੰਦਰ ਡਰ ਹੈ ਬਹੁਤ ਜ਼ਿਆਦਾ ਡਰ ਹੈ ਖੁਦ ਮੇਰੇ ਨਾਲ ਵੀ ਇਦਾਂ ਵਾਪਰਿਆ ਕਿ ਅਸੀਂ ਸਕੂਲ ਦੇ ਟੂਰ ਤੇ ਗਏ ਸੀ ਥੋੜਾ ਲੇਟ ਹੋਏ ਮੇਰੇ ਹਸਬੰਡ ਗੇਟ ਦੇ ਮੂਹਰੇ ਖੜੇ ਤੇ ਵੀ ਚਲੋ ਮੈਂ ਟੁੜ ਕੇ ਆ ਰਹੀ ਆ ਤਾਂ ਮੈਨੂੰ ਇੱਕ ਕੁੱਤੇ ਆ ਮੈਨੂੰ ਦੇਖ ਕੇ ਭੌਂਕਿਆ ਤੇ ਦਸ ਮੇਰੇ ਆਲੇ ਦੁਆਲੇ ਹੋ ਗਈ 8:00 ਵਜੇ ਦਾ ਟਾਈਮ ਸੀਗਾ ਤੇ ਫਿਰ ਮੈਂ ਜਦੋਂ ਬੋਲੀ ਆਵਾਜ਼ ਮਾਰੀ ਮੈਂ ਕਿਹਾ ਠਹਿਰ ਜਾ ਮੈਂ ਦਲੇਰੀ ਦਿਖਾਈ ਤੇ ਉਹ ਪਤਾ ਨਹੀਂ ਆਵਾਜ਼ ਪਹਿਚਾਨ ਗਏ ਮੇਰੀ ਥੋੜਾ ਜਿਹਾ ਉਹਨੇ ਦੇਖਿਆ ਵੀ ਇੱਥੋਂ ਦੀ ਨਹੀਂ ਤੇ ਮੈਂ ਫਿਰ ਵੀ ਮੈਂ ਵੀਰ ਜੂਰਾ ਨਾਲ ਵੀ ਗੱਲ ਕੀਤੀ ਕਿ ਵੀ ਜੇ ਮੈਂ ਸ਼ਾਇਦ ਡਰ ਜਾਂਦੀ ਉੱਥੇ ਡਿੱਗ ਜਾਂਦੀ ਉਹਨਾਂ ਤੋਂ ਤਾਂ ਮੈਂ ਸ਼ਾਇਦ ਬਚ ਨਹੀਂ ਸਕਦੀ ਕਿਉਂਕਿ ਥੋੜਾ ਜਿਹਾ ਨੇਰਾ ਸੀਗਾ ਬਾਕੀ ਜਦੋਂ ਅਸੀਂ ਡਿਊਟੀ ਤੇ ਜਾਂਦੇ ਹਾਂ ਜਦੋਂ ਅਸੀਂ ਸੇਫ ਬੱਸ 'ਚ ਬੱਕ ਜਾਂਦੇ ਆ ਸਕੂਲ ਦੀ 'ਚ ਤੇ ਘਰੇ ਪਹੁੰਚਦੇ ਆ ਉਦੋਂ ਅਸੀਂ ਆਪਦੇ ਆਪ ਨੂੰ ਸੇਫ ਸਮਝਦੇ ਆ ਆਦਰਵਾਇਜ਼ ਰਸਤੇ 'ਚ ਅਸੀਂ ਆਪਦੇ ਆਪ ਨੂੰ ਸੇਫ ਨਹੀਂ ਸਮਝਦੇ ਹੈਗੇ ਬਹੁਤ ਸਾਡੇ ਅੰਦਰ ਡਰ ਦਾ ਮਾਹੌਲ ਹੁੰਦਾ ਇਹ ਬਿਲਕੁਲ ਡਰ ਦਾ ਮਾਹੌਲ ਆ ਚਾਹੇ ਲੇਡੀਜ਼ ਹੋਣ ਬੱਚੇ ਹੋਣ ਜਾਂ ਫਿਰ ਬਜ਼ੁਰਗ ਹੋਣ ਉਹਨਾਂ ਗੱਲ ਵੀ ਕਰ ਰਹੇ ਨੇ ਆ ਕੀ ਨਾਮ ਹੈ ਸਰ ਮੈਂ ਕ੍ਰਿਸ਼ਨ ਸਿੰਘ ਲੈਕਚਰਰ ਇਕਨੋਮਿਕਸ ਕ੍ਰਿਸ਼ਨ ਜੀ ਕਿਸ ਤਰ੍ਹਾਂ ਵੇਖਦੇ ਹੋ ਡੰਗਰਾਂ ਦਾ ਪਰਮਾਰਾ ਸ਼ਹਿਰ ਦੇ ਵਿੱਚ ਆਖਿਆ ਤਾਂ ਇਹ ਵੀ ਜਾਂਦਾ ਕਿ ਇਨਸਾਨਾਂ ਦੇ ਨਾਲੋਂ ਵੱਧ ਡੰਗਰਾਂ ਦੀ ਤੈਅਦਾਦ ਹੋਈ ਪਈ ਆ ਪਰ ਹੁਣ ਲਗਾਤਾਰ ਕੁੱਤਿਆਂ ਦਾ ਜੋ ਮਸਲਾ ਉਹਨਾਂ ਦੀ ਉਤਰਾਅ ਵਾਦੀ ਜਾ ਰਹੀ ਆ ਇਹ ਸਰ ਬਹੁਤ ਹੀ ਗੰਭੀਰ ਸਮੱਸਿਆ ਹੈ ਇਹ ਜਿਸ ਤਰ੍ਹਾਂ ਭਿੰਡਰ ਸਾਹਿਬ ਨੇ ਦੱਸਿਆ ਕਿ ਕੱਲੀ ਸਾਡੀ ਕਲੋਨੀ ਦੀ ਨਹੀਂ ਸਾਡੀ ਕਲੋਨੀ ਦੇ ਵਿੱਚ ਸਾਰੇ ਹੀ ਪੜ੍ਹੇ ਲਿਖੇ ਲੋਕ ਨੇ ਜਾਗਰੂਕ ਨੇ ਇਸ ਕਰਕੇ ਅਸੀਂ ਬਾਰ-ਬਾਰ ਇਹ ਗੱਲ ਉਠਾਉਂਦੇ ਰਹਿੰਨੇ ਆ ਇਸ ਕਰਕੇ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਕੱਲਾ ਇੱਥੇ ਹੀ ਨਹੀਂ ਜਿਹੜੇ ਸਾਡੇ ਲੋਕ ਨੁਮਾਇੰਦੇ ਨੇ ਜਿਹੜੇ ਸਾਡੇ ਐਮਪੀ ਨੇ ਜਿਵੇਂ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਵੱਲੋਂ ਇਹਦੇ ਖਿਲਾਫ ਕਾਨੂੰਨ ਬਣਾਇਆ ਗਿਆ ਉਹ ਸਾਡੇ ਐਮਪੀ ਇਸ ਸਬੰਧ ਦੇ ਵਿੱਚ ਆਵਾਜ਼ ਉਠਾਉਣ ਇੱਕ ਤਾਂ ਅਸੀਂ ਮੰਗ ਇਹ ਰੱਖਾਂਗੇ ਦੂਸਰੀ ਸਾਨੂੰ ਸਾਡੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਪਏਗਾ ਸਾਨੂੰ ਆਪ ਵੀ ਸੁਚੇਤ ਹੋਣਾ ਪਏਗਾ ਕਿ ਜਿਹੜੇ ਸਾਡੇ ਲੋਕੀ ਭਾਵੇਂ ਉਹ ਧਾਰਮਿਕ ਆਸਥਾ ਰੱਖਦੇ ਨੇ ਜਾਂ ਕਿਸੇ ਮਜਬੂਰੀ ਬਸ ਕੁੱਤਿਆਂ ਨੂੰ ਰੋਟੀ ਵਗੈਰਾ ਪਾਉਂਦੇ ਆ ਪਾਲਦੇ ਆ ਉਹ ਵੀ ਵਿਚਾਰ ਰੱਖਣ ਕਿਉਂਕਿ ਇਹਨਾਂ ਦੇ ਇਸ ਜੇ ਤੁਸੀਂ ਤੁਹਾਡੀ ਮੰਨ ਦੀ ਕੋਈ ਧਾਰਮਿਕ ਆਸਥਾ ਹੈ ਤਾਂ ਇਹਦੇ ਹੱਲ ਬਹੁਤ ਨੇ ਤੁਸੀਂ ਪਸ਼ੂਆਂ ਦੀ ਸੇਵਾ ਕਰਨੀ ਹੈ ਗਊਸ਼ਾਲਾ ਦੇ ਵਿੱਚ ਜਾ ਕੇ ਸੇਵਾ ਕਰ ਸਕਦੇ ਹੋ ਆਪਣੇ ਘਰਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਕੁੱਤਿਆਂ ਨੂੰ ਰੋਟੀਆਂ ਪਾਵਾ ਕੇ ਪਾਲਦੇ ਹੋ ਤੇ ਉਹ ਤੁਹਾਡੇ ਬੱਚਿਆਂ ਦੇ ਲਈ ਹੀ ਜਾਨ ਦਾ ਖੌ ਬਣਦੇ ਨੇ ਤੇ ਸਾਨੂੰ ਸੈਲਫ ਡਿਸਪਲਿਨ ਵੀ ਲਾਗੂ ਕਰਨਾ ਪਵੇਗਾ ਸੋ ਮੈਂ ਤੁਹਾਡੇ ਮਾਧਮ ਰਾਹੀਂ ਬੇਨਤੀ ਕਰਨੀ ਚਾਹਾਂਗਾ ਕਿ ਜਿਹੜੇ ਸਾਡੇ ਲੋਕ ਨਮਾਇੰਦੇ ਨੇ ਉਹ ਆਪਣੇ ਪੰਜਾਬ ਪੱਧਰ ਤੇ ਔਰ ਸੈਂਟਰ ਪੱਧਰ ਤੇ ਇਸ ਨਾਮਰਾਦ ਅਲਾਮਤ ਦੇ ਖਰਾਬ ਜਿਹੜੀ ਆਵਾਜ਼ ਬੁਲੰਦ ਕਰਨ ਤਾਂ ਜੋ ਲੋਕਾਂ ਦਾ ਜਿਹੜਾ ਮਨੁੱਖੀ ਜੀਵਨ ਹੈ ਉਹਨੂੰ ਬਚਾਇਆ ਜਾ ਸਕੇ ਜੀ ਬਿਲਕੁਲ ਅਫਸਰ ਕਲੋਨੀ ਦੇ ਨਿਵਾਸੀ ਨੇ ਉਹਨਾਂ ਦੇ ਅੰਦਰ ਡਰ ਦਾ ਮਾਹੌਲ ਆ ਪਰ ਉਹਨਾਂ ਦਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਗੁਹਾਰ ਵੀ ਲਾਈ ਹੈ ਕਿ ਇਸ ਦਾ ਕੋਈ ਸਾਰਤਕ ਹੱਲ ਕੀਤਾ ਜਾਵੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂ